ਉਸ ਮਹਾਨ ਸ਼ਖਸੀਅਤ ਦੇ ਪਿਤਾ ਜੀ ਜਿਹੜੇ ਦੁਨੀਆਂ ਦੇ ਵਿੱਚ ਹਿੰਦੁਸਤਾਨ ਦਾ, ਮਾਨਸਾ ਦਾ, ਪੰਜਾਬੀਆਂ ਦਾ, ਹਰਿਆਣੇ ਦੇ ਲੋਕਾਂ ਦਾ, ਇਸ ਦੇਸ਼ ਨਿਵਾਸੀਆਂ ਦਾ ਨਾਂ ਰੋਸ਼ਨ ਕੀਤਾ। ਅੱਜ ਉਹ ਸਾਡੇ ਦਰਮਿਆਨ ਅਮਿਤ ਸ਼ਾਹ ਦੇ ਵਾਸਤੇ ਵੋਟ ਮੰਗਣ ਵਾਸਤੇ ਤੁਹਾਡੀ ਮੰਡੀ ਦੇ ਵਿੱਚ ਆਏ ਹੈ। ਬਹੁਤ ਹੀ ਸਤਿਕਾਰਯੋਗ ਅਮਿਤ ਸ਼ਾਹ ਸਾਹਿਬ, ਡਾਕਟਰ ਕੇਵੀ ਸਿੰਘ ਤੇ ਸਾਰੇ ਹੀ ਕਾਂਗਰਸ ਪਾਰਟੀ ਦੇ ਲੀਡਰ ਸਾਹਿਬਾਨ ਤੇ ਮੇਰੇ ਸਾਹਮਣੇ ਖੜੇ ਜਿਹੜੇ ਅਮਿਤ ਸ਼ਾਹ ਨੂੰ ਤੇ ਡਾਕਟਰ ਕੇਵੀ ਸਿੰਘ ਨੂੰ ਪਿਆਰ ਕਰਨ ਵਾਲੇ ਹੈ, ਮੈਂ ਤੁਹਾਨੂੰ ਸਾਰਿਆਂ ਨੂੰ ਸਲਾਮ ਕਰਦਾ। ਜਿਉਂਦੇ ਰਹੋ, ਪਰਮਾਤਮਾ ਤੁਹਾਡੀ ਚੜ੍ਹਦੀ ਕਲਾ ਬਖਸ਼ੇ। ਡਾਕਟਰ ਸਾਹਿਬ, ਕੰਮ ਤਾਂ ਹੋਇਆ ਪਿਆ, ਮੈਨੂੰ ਲੱਗਦਾ ਸੀ 4 ਕਿਲੋਮੀਟਰ ਤੁਰ ਕੇ ਕਿਸੇ ਨੇ ਨਹੀਂ ਆਉਣਾ ਤੇ ਮੰਡੀ ਤੋਂ ਚੱਲੇ ਤੇ ਭਗਤ ਸਿੰਘ ਚੌਂਕ ਤੱਕ। ਹਜੇ ਇੱਟੂ ਵੱਧ ਲੋਕ, 4 ਗੁਣਾ ਲੋਕ ਜਿਹੜੇ ਵਿਚਾਰੇ ਥੱਕ ਗਏ, ਉਹ ਮਗਰ ਰਹਿ ਗਏ। ਲੈ, ਇਹ ਅੱਜ ਦਾ ਰੋਡ ਸ਼ੋਅ ਇਸ ਗੱਲ ਦਾ ਪ੍ਰਤੀਕ ਹੈ ਕਿ ਕਾਂਗਰਸ ਪਾਰਟੀ ਔਰ ਅਮਿਤ ਸ਼ਾਹ ਵੱਡੇ ਫਰਕ ਨਾਲ ਬਾਬੇ ਦੀ ਕਿਰਪਾ ਦੇ ਨਾਲ ਜਿੱਤ ਰਹੇ। ਮੇਰੀ ਤੁਹਾਨੂੰ ਬੇਨਤੀ ਹੈ, ਇੱਧਰ ਉੱਧਰ ਨਾ ਚੁੱਕ ਜਾਓ। ਅਗਲੇ 2 ਦਿਨ ਜਿਹੜੇ ਬੜੇ ਜ਼ਰੂਰੀ ਹੈ ਮਿੱਤਰੋ, ਮੈਂ ਹਰਿਆਣੇ ਦੇ ਕਾਫੀ ਸੀਟਾਂ ਤੇ ਜਾ ਕੇ ਆਇਆ ਔਰ ਬਹੁਤ ਸੋਹਣਾ ਮਾਹੌਲ ਹਰਿਆਣੇ ਦੇ ਅੰਦਰ ਕਾਂਗਰਸ ਪਾਰਟੀ ਦਾ ਹੈ। ਹੋ ਸਕਦਾ ਕਿ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ ਇਤਿਹਾਸਿਕ ਦਰਜ, ਕਾਂਗਰਸ ਦੀ ਇਤਿਹਾਸਿਕ ਜਿੱਤ ਦਰਜ ਹੋਵੇ ਕਿ ਇੰਨੀਆਂ ਸੀਟਾਂ ਕਾਂਗਰਸ ਪਾਰਟੀ ਲੈ ਕੇ ਜਾ ਰਹੀ। ਪਰ ਅਮਿਤ ਸ਼ਾਹ ਬਾਬੇ ਦੀ ਕਿਰਪਾ ਦੇ ਨਾਲ, ਕਈ ਕਹਿੰਦੇ ਆ ਫਸਮਾ ਮੁਕਾਬਲਾ ਬੀਜੇਪੀ ਵਾਲੇ ਤੇ ਅਨੈਲੋ ਵਾਲੇ, ਮੈਂ ਮੇਰੀ ਗੱਲ ਸੁਣ ਲਓ ਅਨੈਲੋ ਵਾਲਿਓ ਤੇ ਬੀਜੇਪੀ ਵਾਲਿਓ, ਫਸਮਾ ਫੁਸਪਾ ਨਹੀਂ ਹੈ। ਜੇ 20,000 ਤੋਂ ਵੱਧ ਨਾ ਜਿੱਤਿਆ ਤਾਂ ਰਾਜੇ ਵੜਿੰਗ ਦਾ ਨਾਂ ਬਦਲ ਗਿਆ। ਤੁਸੀਂ ਹਿੰਮਤ ਮਾਰ ਕੇ ਆ 2 ਦਿਨ ਸੰਭਾਲਣੇ, ਜੇ ਤੁਸੀਂ 2 ਦਿਨ ਸੰਭਾਲਦੇ ਬਾਬੇ ਦੀ ਕਿਰਪਾ ਦੇ ਨਾਲ ਮਾਰਜਨ ਵੱਡਾ ਹੋ ਜਾਣਾ। ਔਰ ਤੁਸੀਂ ਆਹ ਕੰਮ ਕਰਦੇ ਹੋ ਤੇ ਅਮਿਤ ਸ਼ਾਹ ਦੇ ਝੰਡੀ ਲਵਾਉਣ ਦਾ ਕੰਮ ਅਸੀਂ ਜਾ ਕੇ ਦਿੱਲੀ ਤੇ ਚੰਡੀਗੜ੍ਹ ਬਹਿ ਜਾਂਗੇ। ਬਾਬਾ ਸੁੱਖ ਰੱਖੇ, ਸਾਡਾ ਇਹ ਛੋਟਾ ਭਰਾ ਅਗਰ ਮੰਤਰੀ ਬਣੇਗਾ ਤਾਂ ਪੰਜਾਬ ਦਾ ਵੀ, ਹਰਿਆਣੇ ਦੇ ਨਾਲ ਨਾਲ ਸਾਡੇ ਪੰਜਾਬ ਦਾ, ਸਾਡੇ ਮੁਕਤਸਰ ਜ਼ਿਲ੍ਹੇ ਦਾ ਵੀ ਭਲਾ ਹੋਏਗਾ, ਕਿਉਂਕਿ ਬਥੇਰੇ ਲੋਕਾਂ ਦੀਆਂ ਰਿਸ਼ਤੇਦਾਰੀਆਂ ਇੱਥੇ। ਸੋ ਮੇਰੀ ਬੇਨਤੀ ਹੈ ਤੁਹਾਨੂੰ, ਘਰ ਘਰ ਜਾ ਕੇ ਹੋਕਾ ਦੇ ਕੇ ਹੁਣ ਆਪਾਂ ਸੋਣਾ ਨਹੀਂ ਗਾ। 2 ਘੰਟੇ ਆਪਾਂ ਕੇਵਲ ਸੋਣਾ, ਅਗਲੇ 2 ਦਿਨ ਮਰ ਨਹੀਂ ਜਾਵਾਂਗੇ, ਮਰ ਨਹੀਂ ਜਾਵਾਂਗੇ। ਸਾਡਾ ਫਰਜ਼ ਬਣਦਾ ਕਿ ਅਸੀਂ ਦਿਨ ਰਾਤ ਅਗਲੇ 2 ਦਿਨ ਜਿਹੜੇ ਰਹਿ ਗਏ ਉਹ ਇੱਕ ਕਰਕੇ ਅਮਿਤ ਸ਼ਾਹ ਜੀ ਨੂੰ ਜਿਤਾਉਣ ਦਾ ਕੰਮ ਕਰੀਏ। ਔਰ ਕਿਸੇ ਨੇ ਲਿਖਿਆ, ਚੜ੍ਹਦੇ ਸੂਰਜ ਢਲਦੇ ਵੇਖੇ, ਪੁੱਜਦੇ ਦੀਵੇ ਫਲਦੇ ਵੇਖੇ, ਜਿਨ੍ਹਾਂ ਦਾ ਨਾਂ ਰੱਬ ਤੇ ਕੋਈ, ਉਹ ਵੀ ਪੁੱਤਰ ਫਲਦੇ ਵੇਖੇ, ਤੇਰੀ ਰਹਿਮਤ ਦੇ ਸਦਕਾ ਬੰਦੇ ਪਾਣੀ ਉੱਤੇ ਚੱਲਦੇ ਵੇਖੇ। ਐਰਕ ਵਾਲੇ ਕਹਿੰਦੇ ਤਾਂ ਨਾ ਗੰਦੀ, ਉਹ ਐਰਕ ਵਾਲਿਓ ਮੈਂ ਤਾਂ ਪੱਥਰ ਵੀ ਚੱਲਦੇ ਵੇਖੇ, ਮੈਂ ਤਾਂ ਪੱਥਰ ਵੀ ਚੱਲਦੇ। ਸਮਾਪਤੀ ਪ੍ਰੋਗਰਾਮ ਹੁਣ ਇਸ ਰਾਜ ਦੇ ਅੰਦਰ 2 ਪਾਰਟੀਆਂ ਜ਼ਰੂਰ ਰਹਿਣਗੀਆਂ, ਬੀਜੇਪੀ ਤੇ ਕਾਂਗਰਸ ਪਾਰਟੀ। ਲੇਕਿਨ ਜਿਸ ਪ੍ਰਕਾਰ ਕਾਂਗਰਸ ਪਾਰਟੀ ਦੇ ਹਾਲਾਤ ਹਨ,
ਮੈਂ ਉੱਥੇ ਜਾ ਕੇ ਆਇਆ, ਸਰਸੇ ਗਿਆ ਸੀ, 4 ਦਿਨ ਹੋ ਗਏ। ਉੱਥੇ ਐਮਐਲਏ ਵਾਲਿਆਂ ਨੇ ਸਮਰਥਨ ਦਿੱਤਾ ਗੋਪਾਲ ਕਾਂਡੇ ਨੂੰ, ਤੇ ਨਾਲ ਹੀ ਬੀਜੇਪੀ ਦਾ ਝੰਡਾ ਫਹਿਰਾਈ ਜਾਂਦੇ ਆ। ਕਹਿਣ ਦਾ ਮਤਲਬ ਹੈ ਇੱਥੇ ਵੀ ਮੁੰਡਾ ਬੀਜੇਪੀ ਤੋਂ ਆ ਕੇ ਐਮਐਲਏ ਚ ਆ ਗਿਆ, ਇਹ ਬੀਜੇਪੀ ਐਮਐਲਏ ਇਹ ਸਾਰੇ ਆਪਸ ਦੇ ਵਿੱਚ ਕਿੱਥੇ ਹੈ? ਪਰ ਇਹਨਾਂ ਲੋਕਾਂ ਜਿਸ ਪ੍ਰਕਾਰ ਲੋਕਾਂ ਦੀਆਂ ਅੱਖਾਂ ਚ ਘੱਟਾ ਪਾ ਕੇ, ਚਾਹੇ ਉਹ ਰਾਣੀਆਂ ਤੋਂ ਚੌਧਰੀ ਰਣਜੀਤ ਸਿੰਘ ਹੈ, ਇਹਨਾਂ ਲੋਕਾਂ ਨੇ 5-5 ਸਾਲ ਸੱਤਾਵਾਂ ਮਾਣੀਆਂ ਤੇ ਅੱਜ ਆ ਕੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਾਂ ਆਪਣੀਆਂ ਪਾਰਟੀਆਂ ਤੇ ਅਲੱਗ ਅਲੱਗ ਲੜ ਰਹੇ ਨੇ, ਲੇਕਿਨ ਜਨਤਾ ਅਸਲੀਅਤ ਜਾਣਦੀ ਹੈ। ਔਰ ਮੈਂ ਆਸ ਕਰਦਾ ਕਿ ਇੱਕ ਸ਼ਰੀਫ ਨੌਜਵਾਨ ਸਾਥੀ ਜਿਹਨੇ ਹਰਿਆਣੇ ਦੀ ਵਿਧਾਨ ਸਭਾ ਦੇ ਵਿੱਚ ਜਿਸ ਪ੍ਰਕਾਰ ਮੁੱਦਿਆਂ ਦੀ ਲੜਾਈ ਲੜੀ, ਕਪੜੀ ਦੇ ਲੋਕਾਂ ਦੀ ਲੜਾਈ ਲੜੀ, ਨਾ ਕੇਵਲ ਕਪੜੀ ਦੀ ਹਰਿਆਣੇ ਦੇ ਲੋਕਾਂ ਦੀ ਲੜਾਈ ਲੜੀ, ਮੈਂ ਸਮਝਦਾ ਇਹੋ ਜਿਹੇ ਸਾਹ ਹਰਿਆਣੇ ਦੀ ਰਾਜਨੀਤੀ ਦੇ ਵਿੱਚ ਮੋਹਰੀ ਤੌਰ ਤੇ ਹੋਣੇ ਚਾਹੀਦੇ ਜੇ ਹਰਿਆਣੇ ਨੂੰ ਤਰੱਕੀ ਚਾਹੀਦੀ ਹੈ। ਸੋ ਆਸ ਤੁਹਾਡੇ ਤੋਂ ਕਰਦਾ ਹੈ ਕਿ ਝਗੜੇ ਹੋ ਕੇ ਤੇ ਸਾਰੀਆਂ ਸੀਟਾਂ ਆਪਾਂ ਜਿੱਤਣੀਆਂ ਜਿੰਨੀਆਂ ਵੀ ਸਰਸਾ ਜਿਹੜੇ ਚ ਹੈਗੀਆਂ, ਬਾਬਾ ਕਿਰਪਾ ਕਰੇ ਇਹ ਹਨੇਰੀ ਹੈ ਜਿਹੜੀ ਇਹ ਕਬਾਰੀ ਤੋਂ ਸਟਾਰਟ ਹੋ ਕੇ ਇਹ ਪਤਾ ਨੀ ਸੱਚੇ ਪਾਤਸ਼ਾਹ ਇਹਨੇ ਕਿੱਥੋਂ ਤੱਕ ਜਾਣਾ ਹੈ। ਔਰ ਬਹੁਤ ਵੱਡੇ ਫਰਕ ਦੇ ਨਾਲ ਕਾਂਗਰਸ ਪਾਰਟੀ ਇਸ ਵਾਰ ਸਰਕਾਰ ਬਣਾ ਰਹੀ ਹੈ। ਖੁਦ ਨਾ ਜਾਇਓ, 40 ਦਿਨਾਂ ਦੀ ਤੁਹਾਡੀ ਮਿਹਨਤ ਹੈ, ਦੇਖਿਓ ਕਿਤੇ 2 ਦਿਨ ਤੁਸੀਂ ਨਵੇਕਰੇ ਨਵੇਸਰੇ ਹੋ ਜਾਓ, ਆਹੀ 2 ਦਿਨ ਇਹ 40 ਦਿਨਾਂ ਦੇ ਬਰਾਬਰ ਕੰਮ ਹੋਏ। ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ, ਤਕੜੇ ਹੋ ਕੇ ਭਾਈ ਅਮਿਤ ਸ਼ਾਹ ਜੀ ਨੂੰ ਆਪਾਂ ਇਸ ਵਾਰੀ ਵਿਧਾਨ ਸਭਾ ਚ ਭੇਜੀਏ, ਤੇ ਫਿਰ ਮੈਂ ਤੇ ਡਾਕਟਰ ਸਾਹਿਬ ਤੇ ਨਾਲ ਭਾਈ ਭੋਲਾ ਮੂਸੇ ਵਾਲਾ ਸਾਹਿਬ ਦੀ ਵੀ ਕੋਈ ਗੱਲ ਰਾਹੁਲ ਗਾਂਧੀ ਨਹੀਂ ਸਿਰ ਦਾ ਜੋ ਕਹਿ ਦਿੰਦੇ ਆ ਕਰ ਦਿੰਦਾ। ਸੋ ਮੇਰੀ ਤੁਹਾਨੂੰ ਬੇਨਤੀ ਹੈ, ਤਕੜੇ ਹੋ ਕੇ ਅੱਜ ਮੇਰੇ ਉਸ ਭਰਾ ਨੂੰ ਸ਼ਰਧਾਂਜਲੀ ਹੈ ਜਿਹੜਾ ਚਲਾ ਗਿਆ ਇਹ ਦੁਨੀਆਂ ਨੂੰ ਛੱਡ ਕੇ, ਔਰ ਇਹਨਾਂ ਪਾਰਟੀਆਂ ਵਾਲਿਆਂ ਨੂੰ ਜਿਹਨਾਂ ਪਾਰਟੀਆਂ ਦੀ ਬਦੌਲਤ ਅੱਜ ਉਹ ਸਾਡਾ ਰੰਗਲਾ ਭਰਾ ਇਸ ਦੁਨੀਆਂ ਨੂੰ ਅਲਵਿਦਾ ਕਹਿ ਕੇ ਗਿਆ, ਤੇ ਉਹਨੂੰ ਸ਼ਰਧਾਂਜਲੀ ਹੈ। ਬੀਜੇਪੀ ਨੂੰ ਚਲਦਾ ਕਰਨਾ, ਅੱਜ ਇਹ ਗੈਂਗਸਟਰ ਜਿਹੜੇ ਇਹ ਜਾਂ ਆਮ ਆਦਮੀ ਪਾਰਟੀ ਪਾਲ ਰਹੀ ਹੈ ਤੇ ਜਾਂ ਬੀਜੇਪੀ ਵਾਲੇ ਪਾਲ ਰਹੇ ਹੈ। ਸੋ ਤਕੜੇ ਹੋ ਕੇ ਆਪਾਂ 5 ਤਰੀਕ ਨੂੰ ਜਾਣੀ ਕਿ ਪਰਸੋਂ 5 ਦਾ ਬਟਨ ਦਬਾ ਕੇ ਭਾਈ ਅਮਿਤ ਸ਼ਾਹ ਜੀ ਨੂੰ ਕਾਮਯਾਬ ਕਰਿਓ। ਤੁਹਾਡਾ ਸਾਰਿਆਂ ਦਾ ਧੰਨਵਾਦ, ਬਹੁਤ ਬਹੁਤ ਮਿਹਰਬਾਨੀ। ਔਰ ਜਿੰਨੇ ਕਦਮ ਤੁਸੀਂ ਚੱਲ ਕੇ ਆਏ ਉਹ ਡਾਕਟਰ ਸਾਹਿਬ ਔਰ ਸਾਡੇ ਸਿਰ ਮੱਥੇ ਸੱਚੇ ਪਾਤਸ਼ਾਹ ਮੌਕਾ ਦੇਵੇ, ਮੈਂ ਤੁਹਾਡਾ ਕਰਜ਼ ਜ਼ਰੂਰ ਉਤਾਰਾਂਗੇ। ਤੁਹਾਡਾ ਸਾਰਿਆਂ ਦਾ ਧੰਨਵਾਦ, ਬਹੁਤ ਬਹੁਤ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।